ਸਿਆਣਾ ਬੰਦਾ ਕਿਤੇ ਨਾ ਕਿਤੇ ਆਪਣਾ ਢੋਲ ਲਾ ਲੈਂਦਾ ਹੈ, ਉਹ ਕਿਤੇ ਨਾ ਕਿਤੇ ਆਪਣੀ ਨੌਕਰੀ ਕਿਸੇ ਹਿਸਾਬ 'ਚ ਲਿਆ ਕੇ ਕਰ ਲੈਂਦਾ। ਇੱਥੋਂ ਇੱਕ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਸ਼ੇਅਰ ਕਰ ਰਿਹਾ। ਇੱਕ ਬੰਦਾ ਬਾਦਸ਼ਾਹ ਦੇ ਕੋਲ ਗਿਆ, ਜਾ ਕੇ ਉਹਨੂੰ ਕਹਿੰਦਾ ਕਿ ਮੈਨੂੰ ਨੌਕਰੀ 'ਤੇ ਰੱਖ ਲਓ। ਹੁਣ ਬਾਦਸ਼ਾਹ ਨੇ ਪਰਖਣ ਵਾਸਤੇ ਅਤੇ ਉਹਨੂੰ ਚੈੱਕ ਕਰਨ ਵਾਸਤੇ ਕਿੰਨੇ ਕੁ ਪਾਣੀ 'ਚ ਆ, ਉਹਨੂੰ ਕਹਿਤਾ ਤੂੰ ਮੇਰੇ ਨਾਲ ਘੋੜੇ ਸਾਂਭਿਆ ਕਰਨੇ ਆ, ਘੋੜੇ ਸਾਂਭਣੇ ਆ। ਬਾਦਸ਼ਾਹ ਦੇ ਘੋੜੇ ਵੀ ਜਿਹੜਾ VIP ਹੁੰਦੇ ਆ, ਸਭ ਟਾਪ ਦੇ ਘੋੜੇ ਹੁੰਦੇ ਆ, ਸਾਰੀ ਗੱਲ ਉਹਨਾਂ ਨੇ ਹਿਸਾਬ ਲਾਇਆ ਹੁੰਦਾ ਆਪਣਾ, ਬਹੁਤ ਅੱਛੇ ਜਾਨਵਰ ਰੱਖੇ ਹੁੰਦੇ ਆ। ਉਹਨਾਂ ਘੋੜਿਆਂ ਨੂੰ ਸਾਂਭਣ ਲੱਗ ਪਿਆ। ਜਦੋਂ ਸਾਂਭਦਿਆਂ ਸਾਂਭਦਿਆਂ ਨੂੰ 3 ਕੁ ਮਹੀਨੇ ਗੁਜ਼ਰੇ ਨਾ, ਅਤੇ ਬਾਦਸ਼ਾਹ ਨੇ ਪੁੱਛਿਆ ਕਿ ਸੁਣਾ ਵੀ ਮੇਰੇ ਜਾਨਵਰ ਕਿੱਦਾਂ ਦੇ ਆ, ਮੇਰੇ ਘੋੜੇ ਕਿੱਦਾਂ ਦੇ ਆ। ਜਿਹੜਾ ਸਭ ਤੋਂ ਟਾਪ ਦਾ ਘੋੜਾ ਜਿਹਨੂੰ ਬਾਦਸ਼ਾਹ ਸਭ ਤੋਂ ਜ਼ਿਆਦਾ ਪਿਆਰ ਕਰਦਾ ਸੀ, ਉਹਦੇ ਉੱਤੇ ਹੱਥ ਰੱਖ ਕੇ ਉਹਨੇ ਕਹਿਤਾ ਜੀ ਆਹ ਜਿਹੜਾ ਤੁਹਾਡਾ ਘੋੜਾ ਨਾ, ਇਹ ਕੋਈ ਅੱਛੀ ਨਸਲ ਦਾ ਨਹੀਂ। ਬਾਦਸ਼ਾਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਉਹਦੀ ਗੱਲ ਤੋਂ। ਉਹਨੇ ਕਿਹਾ ਉਹ ਅੱਲਾ ਦਿਆ ਬੰਦਿਆ, ਸਭ ਤੋਂ ਮਹਿੰਗਾ ਘੋੜਾ ਅਤੇ ਸਭ ਤੋਂ ਅੱਛਾ ਘੋੜਾ ਵਾ, ਨਸਲੀ ਘੋੜਾ। ਕਹਿੰਦਾ ਨਸਲੀ ਤਾਂ ਹੈਗਾ। ਉਹ ਹਰ ਬੰਦੇ ਨੇ ਕਿਹਾ ਕਿ ਨਸਲੀ ਤਾਂ ਹੈਗਾ, ਲੇਕਿਨ ਇਹਨੇ ਆਪਣੀ ਮਾਂ ਦਾ ਦੁੱਧ ਨਹੀਂ ਪੀਤਾ। ਬਾਦਸ਼ਾਹ ਬੜਾ ਹੈਰਾਨ ਹੋਇਆ। ਉਹਨੇ ਕਿਹਾ ਯਾਰ ਇਸ ਗੱਲ ਦਾ ਤੈਨੂੰ ਕਿੱਦਾਂ ਪਤਾ ਲੱਗਾ? ਉਹਨੇ ਕਿਹਾ ਜੀ ਬਾਦਸ਼ਾਹ ਸਲਾਮਤ, ਇਹ ਜਦੋਂ ਪੱਠੇ ਖਾਂਦਾ ਨਾ, ਇਹ ਆਪਣਾ ਮੂੰਹ ਨੀਵਾਂ ਕਰਕੇ ਖਾਂਦਾ ਵਾ। ਹਾਲਾਂਕਿ ਜਿਹੜਾ ਨਸਲੀ ਅਤੇ ਅੱਛਾ ਘੋੜਾ ਹੁੰਦਾ, ਪੱਠੇ ਮੂੰਹ 'ਚ ਪਾ ਕੇ ਅਤੇ ਉੱਤੇ ਨੂੰ ਮੂੰਹ ਕਰਕੇ ਚਬਾਉਂਦਾ, ਇਹ ਅਸਲੀ ਅਤੇ ਨਸਲੀ ਜਾਨਵਰ ਦੀ ਘੋੜੇ ਦੀ ਪਹਿਚਾਣ ਹੁੰਦੀ। ਬਾਦਸ਼ਾਹ ਨੇ ਕਿਹਾ ਬੜੀ ਗੱਲ ਆ ਯਾਰ, ਇਹ ਤਾਂ ਵਾਕਈ ਇਸ ਤਰ੍ਹਾਂ ਹੋਇਆ, ਜਦੋਂ ਪੈਦਾ ਹੋਇਆ ਤਾਂ ਇਹਦੀ ਮਾਂ ਉਸ ਵੇਲੇ ਮਰ ਗਈ ਸੀ, ਅਤੇ ਇਹਨੂੰ ਕਦੀ ਕਿਸੇ ਬੱਕਰੀ ਦਾ ਦੁੱਧ ਪਿਆਤਾ, ਕਿਸੇ ਹੋਰ ਘੋੜੀ ਦਾ ਪਿਆਤਾ, ਇਸ ਤਰ੍ਹਾਂ ਕਰਕੇ ਇਹਨੂੰ ਪਾਲਿਆ। ਤੂੰ ਯਾਰ ਬੰਦਾ ਕੋਈ ਵਾਹਵਾ ਸਿਆਣਾ ਨਾ, ਤੂੰ ਉਹ ਜਾ ਤੈਨੂੰ ਤਰੱਕੀ ਕਰਤੀ। ਉਹਨੂੰ ਬਾਦਸ਼ਾਹ ਨੇ ਇਨਾਮ, ਭੇਡਾਂ, ਬੱਕਰੀਆਂ, ਹੋਰ ਬਥੇਰਾ ਕੁਛ ਦਿੱਤਾ ਵੀ ਜਾ ਜਾ ਕੇ ਨਾ ਕਿ ਰੋਜ਼ੀ ਰੋਟੀ ਲਾ ਲਾ। ਉਹਦੇ ਅਹੁਦੇ ਦੇ ਵਿੱਚ ਥੋੜ੍ਹੀ ਜਿਹੀ ਤਰੱਕੀ ਕਰ ਦਿੱਤੀ ਕਿ ਅਤੇ ਮੇਰੀ ਬੇਗਮ ਦੇ ਨਾਲ ਹਰ ਦਫ਼ਾ ਤੁਸੀਂ ਜਿੱਧਰ ਨੂੰ ਕਹਿਣਾ ਤੂੰ ਉਹ ਕੰਮ ਕਰਿਆ ਕਰਨਾ। ਉਹਨੇ ਕਹੀ ਠੀਕ ਆ, ਆਪਣਾ ਨਾਮ ਸੁਨਾਮ ਲੈ ਕੇ ਅਤੇ ਬਾਦਸ਼ਾਹ ਦੀ ਬੇਗਮ ਦੀ ਸੇਵਾ ਸੁਵਾ ਕਰਨ ਲੱਗ ਪਿਆ। ਜਿਸ ਤਰ੍ਹਾਂ 3 ਕੁ ਮਹੀਨੇ ਗੁਜ਼ਰੇ ਅਤੇ ਬਾਦਸ਼ਾਹ ਨੇ ਫਿਰ ਉਹਨੂੰ ਸੱਦ ਲਿਆ। ਉਹਨੇ ਕਿਹਾ ਸੁਨਾ ਜੀ ਮੇਰੀ ਬੇਗਮ ਤੈਨੂੰ ਕੈਸੀ ਲੱਗੀ? ਉਹਨੇ ਕਿਹਾ ਜਾਨ ਕੀ ਮਾਨ ਪਾਉਂ ਅਤੇ ਕਰਜ਼ ਕਰੂੰ। ਬਾਦਸ਼ਾਹ ਕਹਿੰਦਾ ਦੱਸੋ ਖੈਰ ਆ, ਕੀ ਹੋਇਆ? ਉਹਨੇ ਕਿਹਾ ਜੀ ਤੁਹਾਡੀ ਜਿਹੜੀ ਬੇਗਮ ਆ ਨਾ, ਇਹ ਕੋਈ ਖਾਨਦਾਨੀ ਬਾਦਸ਼ਾਹ ਦੀ ਧੀ ਨਹੀਂ, ਇਹ ਕੋਈ ਲੋਕਲ ਬਰਾਦਰੀ ਲਾ ਲਓ, ਜਿਸ ਤਰ੍ਹਾਂ ਕਿ ਘੁਮਿਆਰ ਅਤੇ ਉਰੇ ਪਰੇ ਇੱਦਾਂ ਦੇ। ਬਾਦਸ਼ਾਹ ਬੜਾ ਹੈਰਾਨ ਹੋਇਆ। ਬਾਦਸ਼ਾਹ ਨੇ ਆਪਣੇ ਸਹੁਰਿਆਂ ਨਾਲ ਰਾਬਤਾ ਕੀਤਾ। ਸਹੁਰਿਆਂ ਨੇ ਜਦੋਂ ਮਾਂ ਨੇ ਬਾਦਸ਼ਾਹ ਦੀ ਸੱਸ ਨੇ ਦੱਸਿਆ ਕਿ ਹਾਂਜੀ ਅਸੀਂ ਤੁਹਾਡੇ ਵਾਲਦ ਸਾਹਿਬ ਨਾਲ ਜ਼ਬਾਨ ਕਰ ਲਈ ਸੀ ਅਤੇ ਲੇਕਿਨ ਮੇਰੀ ਧੀ ਫੌਤ ਹੋ ਗਈ ਸੀ 6 ਮਹੀਨਿਆਂ ਦੇ ਵਿੱਚ ਵਿੱਚ, ਅਤੇ ਅਸੀਂ ਫਿਰ ਆ ਨਾਲ ਦੇ ਘਰੋਂ ਘੁਮਿਆਰ ਸੀ ਉਹਨਾਂ ਦੀ ਧੀ ਲੈ ਕੇ ਅਤੇ ਪਾਲੀ ਆ, ਸਿਰਫ ਤੁਹਾਡੇ ਨਾਲ ਰਿਸ਼ਤਾ ਬਣਾਉਣ ਵਾਸਤੇ ਵੀ ਬਾਦਸ਼ਾਹ ਹੁਣ ਮਿਲਦੇ ਆ। ਬਾਦਸ਼ਾਹ ਬੜਾ ਪਰੇਸ਼ਾਨ ਹੈ। ਉਹਨੇ ਕਿਹਾ ਯਾਰ ਇੱਕ ਗੱਲ ਦੱਸ, ਤੈਨੂੰ ਇਸ ਗੱਲ ਦਾ ਕਿੱਦਾਂ ਪਤਾ ਲੱਗਾ? ਉਹਨੇ ਕਿਹਾ ਬਾਦਸ਼ਾਹ ਸਲਾਮਤ, ਜਦੋਂ ਵੀ ਮੈਂ ਇਹਦੇ ਕਮਰੇ 'ਚ ਗਿਆ, ਇਹਦੇ ਮਿੱਟੀ ਦੇ ਬਰਤਨ ਜਿਹੜੇ ਨਾ ਇਹਦੇ ਆਲੇ ਦੁਆਲੇ ਪਏ ਹੁੰਦੇ ਆ, ਮਿੱਟੀ ਦੇ ਬਰਤਨਾਂ ਦਾ ਇਹਨੂੰ ਬਹੁਤ ਸ਼ੌਕ ਆ। ਇੱਥੋਂ ਸਾਬਤ ਹੋ ਗਿਆ ਕਿ ਜਿਹੜੀ ਹੁੰਦੀ ਆ ਨਾ ਮਲਕਾ, ਉਹਨੂੰ ਸ਼ੌਕ ਹੋਰ ਹੁੰਦੇ ਆ ਸੋਨੇ ਜਵਾਹਰਾਤ ਦੇ, ਅੱਛਾ ਖਾਣ ਦਾ, ਅੱਛਾ ਪਹਿਨਣ ਦਾ, ਲੇਕਿਨ ਇਹ ਦਿਲਚਸਪੀ ਇਹਦੇ ਵਿੱਚ ਜ਼ਰਾ ਜਿੰਨੀ ਨਹੀਂ। ਇਹਦੇ ਵਿੱਚ ਸਿਰਫ ਇਹ ਭਾਂਡਿਆਂ ਦੇ, ਮਿੱਟੀ ਦੇ ਬਰਤਨਾਂ 'ਚ ਖੁਸ਼ ਰਹਿੰਦੀ ਸੀ। ਮੈਂ ਉੱਥੋਂ ਅੰਦਾਜ਼ਾ ਲਾਇਆ। ਬਾਦਸ਼ਾਹ ਨੇ ਕਿਹਾ ਜੀ ਬੜਾ ਸਿਆਣਾ ਬੰਦਾ ਯਾਰ, ਤੂੰ ਕਮਾਲ ਕਰਤੀ। ਉਹਨੂੰ ਫਿਰ ਕੋਈ 100-150 ਭੇਡ ਬੱਕਰੀਆਂ, 100-150 ਬੱਕਰੀਆਂ ਦੇ ਕੇ ਇਨਾਮ ਨੂੰ ਦਿੱਤੇ, ਅਤੇ ਉਹਨੂੰ ਕਹਿੰਦਾ ਚਲੋ ਜੀ ਜਾਓ ਤੁਸੀਂ, ਹੁਣ ਅੱਜ ਤੋਂ ਬਾਅਦ ਤੇਰੇ ਉਹਦੇ 'ਚ ਤਰੱਕੀ ਆ, ਤੂੰ ਮੇਰੇ ਨਾਲ ਰਿਹਾ ਕਰਨਾ। ਹੁਣ ਬਾਦਸ਼ਾਹ ਦੇ ਥੱਲੇ ਰਹਿਣਾ ਸੀ, ਕੰਮ ਬਹੁਤ ਔਖਾ ਸੀ। ਖੈਰ ਕਰਦੇ ਕਦਰਦਿਆਂ ਨਾਲ ਉਹਨੇ ਹਾਮੀ ਭਰ ਲਈ ਅਤੇ ਬਾਦਸ਼ਾਹ ਦੇ ਨਾਲ ਰਹਿਣ ਲੱਗ ਪਿਆ। 5-6 ਮਹੀਨੇ ਗੁਜ਼ਰਨ ਤੋਂ ਬਾਅਦ ਬਾਦਸ਼ਾਹ ਨੇ ਉਹਨੂੰ ਦੁਬਾਰਾ ਸੱਦਿਆ। ਬਾਦਸ਼ਾਹ ਨੇ ਸੱਦਿਆ ਕਿ ਹਾਂ ਜੀ ਤੈਨੂੰ ਮੇਰੇ ਬਾਰੇ 'ਚ ਕੀ ਮਹਿਸੂਸ ਹੋਇਆ? ਉਹਨੇ ਕਿਹਾ ਬਾਦਸ਼ਾਹ ਸਲਾਮਤ, ਹੱਥ ਜੋੜ ਕੇ ਕਹਿੰਦਾ ਬਾਦਸ਼ਾਹ ਸਲਾਮਤ, ਜਾਣ ਕੀ ਮਾਨ ਪਾਓ ਤੂੰ ਇਹ ਕਰਜ਼ ਕਰੋ। ਯਾਨੀ ਕਿ ਉਹਨੇ ਬਾਦਸ਼ਾਹ ਨੂੰ ਪਹਿਲਾਂ ਵਾਅਦਾ ਲਿਆ ਕਿ ਤੂੰ ਮੈਨੂੰ ਕੁਛ ਨਹੀਂ ਕਹੇਗਾ, ਮੈਂ ਸਾਰੀ ਗੱਲਬਾਤ ਕਰਨਾ, ਜੇ ਮੈਂ ਕੋਈ ਮੇਰੇ ਮੂੰਹੋਂ ਕੋਈ ਗੱਲ ਨਿਕਲ ਵੀ ਗਈ ਤਾਂ ਤੂੰ ਮੈਨੂੰ ਕੁਛ ਨਹੀਂ ਕਹੇਗਾ, ਇਹ ਵਾਅਦਾ ਲੈ ਲਿਆ ਉਹਨੇ।
बादशाह मुतमिन होगा, उन्हें कहा ठीक है तू गल कर जड़ी भी आगे। उन्हें कहा बादशाह सलामत, तुसी कोई खानदानी बादशाह नहीं, तुहाडी कोई नस्ल होर। बादशाह बड़ा परेशान होया, अखां च खून उतरिया, लाल हो गया। बादशाह उन्हें कहिंदा दस तैनू की महसूस हुंदा। बादशाह नूं नींद ना आई, कहिंदा जी बादशाह सलामत मैं तां बस अर्ज करनी सी हुण अगला कम तुहाडा वा। बादशाह गुस्से ते बहुत आया, लेकिन हुण कह कुछ नहीं सी सकदा। खैर उन्हें की कीता, सीधा ही अपनी माँ दे कोल जा कहिंदा माँ अज दस सीधी सच्ची गल कि मैं किहदा पुत्तर। माँ थोड़ी देर चुप रही, चुप रहन तो बाद उन्हें दस्या साढ़े घर औलाद नहीं सी हैगी, तो असी अपनी विरासत बचाउण दे मारे तेनू किसी को लै के ते पालिया सिंगा। वो कहिंदा जी मेरा वालदैन ते मेरा माँ प्यो कौन आ? उन्हें कहा जी वह चरवाहा। बादशाह बड़ा हैरान होया, यार एडा सियाणा बंदा एडी डूंघियां गल्लां करके उन्हें मेरा सारा भेत खोल मारिया। कहिंदा चल भी दस तेनू मेरे बारे च पता किस तरह लगा? उन्हें कहा बादशाह सलामत जिनी दफ़ा भी तुसी सानू खुश कीता वा, मैनू कीता या होर किसी नू कीता, ते तुसी भेडां बकरियां दित्तियां, इत्थों मैनू साबित हो गया कि तुसी खानदानी बादशाह नहीं, तुसी खानदानी बादशाह नहीं, तुसी कोई चरवाहे दी औलाद लगदी हो। गल सुनाउण दा यही मकसद आ, आदते नस्लें का पता देती हैं, किसी के माथे पे कुछ नहीं लिखा होता। यानी कि बंदे दियां आदतां तो पता लग जांदा कि केड़ी नस्ल दा बंदा है, किसी दे मत्थे ते कुछ नहीं लिखिया हुंदा। इत्थे जातां बदल के ते आवाम नूं गुमराह करदे फिरदे आ, बंदे दियां आदतां ते पता लग जांदा केड़ी नस्ल दा वा।